ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ। ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਟਰਾਂਸਪੋਰਟ ਵਪਾਰੀ ਅਤੇ ਦੁਕਾਨਦਾਰਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਜੋ ਐਲਾਨ ਕੀਤਾ ਗਿਆ, ਉਸ ਤੋਂ ਪਹਿਲਾਂ ਜੋ ਆਗੂ ਨੇ ਚਾਹੇ ਉਹ PRTC ਦੇ ਹੋਣ ਜਾਂ ਫਿਰ ਵੱਖ ਵੱਖ ਕਿਸਾਨ ਜਥੇਬੰਦੀਆਂ ਹੋਣ, ਉਹਨਾਂ ਦੇ ਵੱਲੋਂ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ। ਸਾਡੇ ਨਾਲ ਭੁਪਿੰਦਰ ਲੌਂਗੋਵਾਲ ਮੌਜੂਦ ਨੇ। ਭੁਪਿੰਦਰ, ਕਿਸ ਤਰ੍ਹਾਂ ਵੇਖਦੇ ਹੋ 16 ਤੋਂ ਪਹਿਲਾਂ 1 ਮਾਰਚ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਸੰਯੁਕਤ ਕਿਸਾਨ ਮੋਰਚਾ ਔਰ ਦੇਸ਼ ਦੀਆਂ ਟ੍ਰੇਡ ਜਥੇਬੰਦੀਆਂ ਔਰ ਵਪਾਰ ਜਥੇਬੰਦੀਆਂ ਵੱਲੋਂ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਉਸ ਦਾ ਪ੍ਰਚਾਰ ਕਰਨ ਲਈ ਅੱਜ ਇਹ ਮਾਰਚ ਸੰਗਰੂਰ ਦੇ ਬਾਜ਼ਾਰ ਵਿੱਚੋਂ ਦੀ ਕੱਢ ਰਹੇ ਹਾਂ। ਕਿਉਂਕਿ ਅੱਜ ਦੇ ਸਮੇਂ ਮੋਦੀ ਸਰਕਾਰ ਜਿਸ ਤਰ੍ਹਾਂ ਨੀਤੀਆਂ ਲੈ ਕੇ ਆ ਰਹੀ ਹੈ, ਜਿੱਥੇ ਸਾਡੇ ਅਨਾਜ ਖੇਤਰ ਨੂੰ ਦੁਬਾਰਾ ਜਿਹੜਾ ਕਾਰਪੋਰੇਟ ਲਈ ਖੋਲ੍ਹ ਰਹੇ ਨੇ, ਉੱਥੇ ਪ੍ਰਚੂਨ ਖੇਤਰ 'ਚ ਜਿਹੜਾ ਵੱਡੇ ਵੱਡੇ ਮਾਲ ਖੋਲ੍ਹ ਕੇ ਕਾਰਪੋਰੇਟ ਨੂੰ ਸਬਸਿਡੀਆਂ ਦੇ ਕੇ ਸਾਡੇ ਛੋਟੇ ਦੁਕਾਨਦਾਰਾਂ ਦਾ, ਵਪਾਰੀਆਂ ਦਾ ਕਾਰੋਬਾਰ ਅੱਜ ਖਤਮ ਕੀਤਾ ਜਾ ਰਿਹਾ ਹੈ। ਨਿਤ ਨਵੇਂ ਨਵੇਂ ਉਹਨਾਂ 'ਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ। ਮੰਨ ਲਓ ਪਹਿਲਾਂ ਵਪਾਰੀ ਜਿਹੜੀ ਫਰਮ ਤੋਂ ਮਾਲ ਲੈਂਦਾ ਹੈ ਅਤੇ ਉਸ ਫਰਮ ਨੂੰ ਉਹਨੇ ਆਪਦੀ ਦੋਨਾਂ ਦੀ ਸੈਟਿੰਗ ਹੈ ਵੀ ਕਦੋਂ ਪੇਮੈਂਟ ਦੇਣੀ ਆ, 2 ਮਹੀਨਿਆਂ ਨੂੰ ਦੇਣੀ ਹੈ, 3 ਨੂੰ ਦੇਣੀ ਹੈ। ਤਾਂ ਹੁਣ ਸੈਂਟਰ ਨੇ ਕਾਨੂੰਨ ਬਣਾ ਤਾ ਵੀ ਤੁਸੀਂ 45 ਦਿਨਾਂ 'ਚ ਪੇਮੈਂਟ ਨਹੀਂ ਦਿਓਗੇ ਤਾਂ ਤੁਹਾਡੀ ਰਿਬੇਟ ਆ ਜਿਹੜੀ ਉਹ ਅਸੀਂ ਖਤਮ ਕਰ ਦੇਣੀ ਹੈ। ਸੋ ਇਸੇ ਤਰ੍ਹਾਂ ਮਜ਼ਦੂਰ ਨੇ ਜਿਹੜੇ ਮਜ਼ਦੂਰਾਂ 'ਤੇ ਜਿਹੜੇ ਲੇਬਰ ਕੋਡ ਖਤਮ ਕਰਕੇ 4 ਜਿਹੜੇ ਲੇਬਰ ਕੋਡ ਬਣਾ ਦਿੱਤੇ ਗਏ ਆ, ਉਹਨਾਂ ਦਾ ਕੰਮ ਕਰਨ ਦਾ ਜਿਹੜਾ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਦਿਹਾੜੀ ਕਰ ਦਿੱਤੀ ਗਈ ਹੈ, ਉਹਨਾਂ ਤੋਂ ਇਕੱਠੇ ਹੋਣ ਦਾ ਜਿਹੜਾ ਹੱਕ ਹੈ ਯੂਨੀਅਨ ਬਣਾਉਣ ਦਾ ਉਹ ਖੋਲ੍ਹਿਆ ਗਿਆ। ਇਸੇ ਤਰ੍ਹਾਂ ਹੋਰ ਸਾਰੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਠੇਕੇ 'ਤੇ ਲਗਾਤਾਰ ਭਰਤੀ ਵੱਧ ਰਹੀ ਹੈ, ਸਿਹਤ ਸਹੂਲਤਾਂ ਦੇ ਵਿੱਚੋਂ ਬਜਟ ਘਟਾਇਆ ਜਾ ਰਿਹਾ ਹੈ, ਔਰ ਇੱਥੋਂ ਤੱਕ ਕਿ ਇਸ ਵਾਰ ਜਿਹੜੀ ਉਚੇਰੀ ਸਿੱਖਿਆ ਦਾ ਬਜਟ ਹੈ ਉਹਦੇ ਵਿੱਚ ਵੀ 60% ਦੀ ਕਟੌਤੀ ਕਰ ਦਿੱਤੀ ਗਈ ਹੈ। ਗੱਲ ਕੀ, ਸਮਾਜ ਦਾ ਹਰੇਕ ਵਰਗ ਅੱਜ ਇਸ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਹੈ, ਔਰ ਸਾਡੇ ਦੇਸ਼ ਦਾ ਹਰੇਕ ਖੇਤਰ, ਚਾਹੇ ਉਹ ਖਣਿਜ ਦਾ ਖੇਤਰ ਹੈ, ਚਾਹੇ ਅਨਾਜ ਦਾ ਕਾਰੋਬਾਰ ਹੈ, ਚਾਹੇ ਵਪਾਰੀਆਂ ਦਾ ਪ੍ਰਚੂਨ ਦਾ ਕਾਰੋਬਾਰ ਹੈ, ਉਹ ਅੱਜ ਕਾਰਪੋਰੇਟ ਖੇਤਰ ਲਈ ਖੋਲ੍ਹ ਦਿੱਤੇ ਗਏ ਹੈ। ਅਤੇ ਇਸ ਕਰਕੇ ਮੰਗ ਹੈ ਸੰਯੁਕਤ ਮੋਰਚੇ ਦੀ, ਟ੍ਰੇਡ ਯੂਨੀਅਨਾਂ ਦੀ, ਕਿ ਇਹ ਨੀਤੀਆਂ ਨੂੰ ਵਾਪਸ ਲਿਆ ਜਾਵੇ, ਔਰ ਸਾਡਾ ਜਿਹੜਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਲਈ ਸਮਾਰਟ ਮੀਟਰ ਲਾਉਣ ਦੀ ਨੀਤੀ ਲਿਆਂਦੀ ਜਾ ਰਹੀ ਹੈ, ਇਸ ਨੂੰ ਵਾਪਸ ਲਿਆ ਜਾਵੇ। ਉਸ ਤੋਂ ਵੀ ਅੱਗੇ ਵੱਧਦੇ ਹੋਏ ਸਾਡਾ ਦੇਸ਼ ਹੈ ਜਿਹੜਾ ਭਾਰਤ ਇੱਕ ਗਣਰਾਜ ਹੈ, ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਸੰਘ ਨੇ, ਤਾਂ ਉਹ ਸੂਬਿਆਂ ਦੇ ਜਿਹੜੇ ਹਿੱਤ ਨੇ, ਉਹਨਾਂ ਦੇ ਅਧਿਕਾਰ ਨੇ, ਉਹਨਾਂ 'ਤੇ ਛਾਪਾ ਮਾਰਿਆ ਜਾ ਰਿਹਾ ਹੈ। ਜਿਵੇਂ GST ਰਾਹੀਂ ਪਹਿਲਾਂ ਸਾਰਾ ਜਿਹੜਾ ਉਹਨਾਂ ਦਾ ਟੈਕਸ ਸੀਗਾ ਉਹ ਸੈਂਟਰ ਲੈ ਜਾਂਦਾ, ਕੱਲ੍ਹ ਵੀ ਕਿੰਨੇ ਸੂਬਿਆਂ ਨੇ, ਕਰਨਾਟਕਾ, ਕੇਰਲਾ, ਹੋਰ ਬਹੁਤ ਸਾਰੇ ਸੂਬਿਆਂ ਨੇ ਦਿੱਲੀ ਇਸੇ ਗੱਲ ਲਈ ਪ੍ਰਦਰਸ਼ਨ ਕੀਤਾ ਵੀ ਸਾਡਾ ਜਿਹੜਾ ਟੈਕਸ ਤੁਸੀਂ ਲੈ ਗਏ ਉਹਦਾ ਬਣਦਾ ਹਿੱਸਾ ਸਾਨੂੰ ਵਾਪਸ ਨਹੀਂ ਕੀਤਾ ਹੈ ਅਤੇ ਉਹ ਸਾਨੂੰ ਵਾਪਸ ਦਿੱਤਾ ਜਾਵੇ। ਮੰਨ ਲਓ ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਲਈ, ਸਾਡੇ ਸੰਵਿਧਾਨ ਨੂੰ ਬਚਾਉਣ ਲਈ, ਦੇਸ਼ ਨੂੰ ਬਚਾਉਣ ਲਈ ਇਹ 16 ਤਰੀਕ ਦਾ ਭਾਰਤ ਬੰਦ ਹੈ ਅਤੇ ਉਹਦੀ ਅਸੀਂ ਅੱਜ ਇਹ ਪ੍ਰਚਾਰ ਕਰ ਰਹੇ ਹਾਂ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਭੁਪਿੰਦਰ ਸਿੰਘ ਲੌਂਗੋਵਾਲ, ਉਹਨਾਂ ਦਾ ਕਹਿਣਾ ਕਿ 16 ਤਰੀਕ ਨੂੰ ਜੋ ਭਾਰਤ ਬੰਦ ਦਾ ਐਲਾਨ ਕੀਤਾ ਗਿਆ, ਉਸ ਤੋਂ ਪਹਿਲਾਂ ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚ ਮਾਰਚ ਕੱਢੇ ਜਾ ਰਹੇ। ਸਾਡੇ ਨਾਲ PRTC ਦੇ ਆਗੂ ਮੌਜੂਦ ਨੇ, ਤੁਹਾਡੇ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੋ ਅੱਜ ਇਹ 16 ਤਰੀਕ ਦਾ ਭਾਰਤ ਬੰਦ ਦੀ ਕੌਲ ਆ, ਉਹਦੇ ਲਈ ਸਾਡੇ ਸਾਰੇ ਸੰਯੁਕਤ ਕਿਸਾਨ ਮੋਰਚੇ ਨੂੰ, ਸਾਡਾ ਸਾਰੇ ਜਥੇਬੰਦੀਆਂ ਦਾ
ਚਾਹੇ ਕੋਈ ਮਜ਼ਦੂਰ ਆ, ਮੁਲਾਜ਼ਮ ਆ, ਚਾਹੇ ਕਿਸਾਨ ਆ, ਸਾਰਿਆਂ ਦਾ ਇੱਕ ਹੈਗਾ, ਸਾਰਿਆਂ ਦਾ ਸਾਥ ਦੇ ਨਾਲ ਅਸੀਂ ਮਾਰਚ ਕਰ ਰਹੇ ਹਾਂ, ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂਗੇ ਕਿ 16 ਤਰੀਕ ਦੇ ਜੋ ਭਾਰਤ ਦੀ ਬੰਦ ਆ, ਬੰਦੀ ਕੌਲਾਂ ਨੂੰ ਸਫਲ ਕਰੀਏ, ਜੋ ਕਿ ਸੈਂਟਰ ਦੀ ਸਰਕਾਰ ਆ, ਉਹ ਕੀ ਚਾਹੇ ਮੁਲਾਜ਼ਮ ਹੋਣ, ਚਾਹੇ ਮਜ਼ਦੂਰ ਹੋਣ, ਚਾਹੇ ਕਿਸਾਨ ਹੋਣ, ਸਾਰਿਆਂ ਦੇ ਲਈ ਨਵੇਂ ਰੋਜ਼ ਨਵੇਂ ਨਵੇਂ ਕਾਨੂੰਨ ਬਣਾ ਕੇ ਲੈ ਕੇ ਆ ਰਹੇ ਨੇ, ਜੋ ਕਿ ਬਹੁਤ ਹੀ ਮਾਰੂ ਨੇ, ਕਿਉਂਕਿ ਇੱਥੇ ਭਾਰਤ ਦੇ ਵਿੱਚ ਬੇਰੁਜ਼ਗਾਰੀ ਪੈਦਾ ਹੋ ਰਹੀ ਆ, ਕੋਈ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਬਾਹਰਲੇ ਦੇਸ਼ਾਂ ਨੂੰ ਲੋਕ ਆਪਣੇ ਨੌਜਵਾਨੀਆਂ 'ਚੋਂ ਭੱਜ ਰਹੀ ਆ, ਸੋ ਇਸ ਦੇ ਲਈ ਜੋ ਸੈਂਟਰ ਸਰਕਾਰ ਟਰਾਂਸਪੋਰਟ ਦੇ ਲਈ ਜਾਂ ਡਰਾਈਵਰਾਂ ਦੇ ਲਈ ਜੋ ਕਾਨੂੰਨ ਲੈ ਕੇ ਆਈ ਆ, ਹਿੱਟ ਐਂਡ ਰਨ ਦਾ ਕਾਨੂੰਨ, ਉਹਦੇ ਸੰਬੰਧ ਦੇ ਲਈ, ਉਹਦੇ ਰੋਸ ਵਜੋਂ ਅੱਜ ਅਸੀਂ ਭਾਰਤ ਬੰਦੀ ਕੌਲ ਦੀ, ਅੱਜ ਅਸੀਂ ਸੰਗਰੂਰ ਦੇ ਬਾਜ਼ਾਰ ਦੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂਗੇ ਕਿ ਭਾਰਤ ਬੰਦੀ ਕੌਲ 16 ਤਰੀਕ ਨੂੰ ਸਾਡਾ ਸਾਥ ਦਿਓ, ਸਹਿਯੋਗ ਕਰੋ, ਜੋ ਆਪਣਾ ਭਾਰਤ ਬੰਦ ਦੀ ਕੌਲ ਆ ਉਹਨੂੰ ਸਫਲ ਕਰੀਏ, ਤੋ ਜੋ ਸੈਂਟਰ ਦੀ ਸਰਕਾਰ ਆ ਉਹਨੂੰ ਅਸੀਂ ਆਪਣੇ ਏਕੇ ਨਾਲ, ਆਪਣੇ ਏਕਤਾ ਨਾਲ, ਆਪਣੇ ਲੋਕਾਂ ਦੇ ਲੋਕ ਰੋਹ ਨਾਲ ਉਹਨੂੰ ਅਸੀਂ ਦਬਾ ਸਕੀਏ, ਜੋ ਜਿਹੜੇ ਕਾਲੇ ਕਾਨੂੰਨ ਸਾਡੇ ਬਣਾਏ ਨੇ ਮੋਦੀ ਨੇ, ਜਾਂ ਸਾਡੇ ਕਿਸਾਨਾਂ ਦੀਆਂ ਮੰਗਾਂ ਜੋ ਦਿੱਲੀ ਧਰਨਾ ਲੱਗਿਆ ਸੀਗਾ ਉੱਥੇ ਰਹਿੰਦੀਆਂ ਨੇ, ਪੂਰੀਆਂ ਨਹੀਂ ਹੋਈਆਂ, ਮੰਨ ਲਈਆਂ ਸੀ ਮੰਗਾਂ ਪਰ ਉਹ ਲਾਗੂ ਨਹੀਂ, ਇਹ ਬਿਲਕੁਲ ਕਿਤੇ ਨਾ ਕਿਤੇ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ, ਚਾਹੇ ਉਹ ਕਿਸਾਨ ਹੋਣ ਜਾਂ ਫਿਰ PRTC ਦੇ ਮੁਲਾਜ਼ਮ ਹੋਣ, ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਆਖਿਆ ਜਾ ਰਿਹਾ ਕਿ ਜੋ ਨੀਤੀ ਬਣਾਈ ਗਈ ਆ ਇਸ ਨੂੰ ਵਾਪਸ ਕਰਾਉਣ ਦੇ ਲਈ, 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ 16 ਫਰਵਰੀ ਦੇ ਭਾਰਤ ਬੰਦ ਦੇ ਸਮਰਥਨ ਕਰੋ ਅਤੇ ਕਿਸਾਨ ਅਤੇ ਹੋਰ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੋ, ਅਤੇ 16 ਫਰਵਰੀ ਦੇ ਬੰਦ ਦਾ ਸਫਲ ਦਾ ਐਲਾਨ ਕੀਤਾ ਜਾ ਰਿਹਾ।